पूर्व डिप्टी मेयर प्रवेश टांगरी और ईश टांगरी के निवास स्थान पर जलंधर वेस्ट के नए बने विधायक महेंद्र भगत पहुंचे। इस दौरान प्रवेश टांगरी ने अपने साथियों के साथ विधायक महेंद्र भगत का अपने घर में गर्म जोशी से स्वागत किया। तो वहीं स्वागत समारोह के दौरान महेंद्र भगत और पूर्व डिप्टी मेयर प्रवेश टांगरी के बीच एक लंबी और महत्वपूर्ण वार्ता हुई। इस बातचीत के दौरान महेंद्र भगत ने प्रवेश टांगरी के योगदान की सराहना की और उन्हें आश्वासन दिया कि वे संगठन और सरकार में उनका मान सम्मान और जिम्मेदारी बढ़ाने का हर संभव प्रयास करेंगे। वहीं उन्होंने स्पष्ट किया कि संगठन में प्रवेश टांगरी जैसे समर्पित और अनुभवी नेताओं की आवश्यकता है और उनका उचित सम्मान सुनिश्चित करना महत्वपूर्ण है। इसके अलावा महेंद्र भगत ने ये भी वायदा किया कि जो भी कार्य रुके हुए हैं उन्हें प्राथमिकता के आधार पर पूरा करने की कोशिश की जाएगी। उन्होंने भरोसा दिलाया कि उनके नेतृत्व में जलंधर वेस्ट क्षेत्र में विकास कार्यों को गति मिलेगी और लोगों की समस्याओं का समाधान तेजी से किया जाएगा। इस मुलाकात से दोनों नेताओं के बीच मजबूत सहयोग और बेहतर समन्वय की उम्मीद है, जो क्षेत्र के विकास और समृद्धि में सहायक साबित होगा। जलंधर से हलचल के लिए कैमरामैन रजनीश शर्मा की रिपोर्ट। आदमी अपने अपने समय से काम करता है, जो सी सी उनका रेमंदर को कह देते हैं, मेरे बाद वो सरकार ने नाम देवा देती है, वो जो बड़े स्टडी करके सारा देश में खेला गया साढ़े वो तो मतलब करते हैं कि आप राज्य की रुकावट नहीं आएगी। मैं अगर कौन कम दिन में सरकार दे कर दिन मैं सरकार का सरकार को जीवन करना अभी जो आया मैं सब के सरकार के पहले देखने में तो मैं खुशी होगी। ਤੁਹਾਡਾ ਕੰਮ ਹੈਗਾ ਤੁਸੀਂ ਮੈਨੂੰ ਦੁਆਵਾਂ ਦੇਵੋਗੇ ਦੇਵੋਗੇ ਨਾ ਅਤੇ ਸਰ ਮੈਂ ਚਾਹਵਾਂਗਾ ਕਿ ਮੈਂ ਨਾ ਖੁਸ਼ ਹੋਵੋ ਮੇਰੇ ਨਾ ਤੁਹਾਡਾ ਪਿਆਰ ਵਧੇ ਅਤੇ ਤੁਹਾਡਾ ਪਿਆਰ ਜਿਹੜਾ ਆਪਣੇ ਜਿਹੜਾ ਹੋਗਿਆ ਤੁਸੀਂ ਨਾਲ ਦਾ ਵੀ ਕੰਮ ਹੋਵੇਗਾ ਅੱਗੇ ਕਿਹੜੇ ਫਿਰ ਜਿਹੜੀਆਂ ਗੱਲਾਂ ਕੀਤੀਆਂ ਹੈਗੀਆਂ ਰੱਬ ਦਾ ਵਾਸਤੇ ਹੈਗਾ ਸਾਨੂੰ ਮਤਲਬ ਕਿ ਹੋਰ ਨਾ ਚੀਜ਼ਾਂ ਪੁਰਾਣੀਆਂ ਜਿਹੀਆਂ ਜਰਾ ਜਿਹੀ ਹੁੰਦੀ ਹੈ ਆਪਾਂ ਜਦੋਂ ਕੋਈ ਫਰਜ਼ ਨਹੀਂ ਕਰਿਆ ਤੁਸੀਂ ਕੋਈ ਹੈਗੀਆਂ ਇਸ ਤਰ੍ਹਾਂ ਹੀ ਹੋਣ ਆਪਣੀਆਂ ਨੂੰ ਕੋਈ ਰਹਿੰਦੇ ਹੈਗੇ ਬੜੀ ਵੇਗ ਵਿਆਹ ਹੈਗੇ ਆ ਅਤੇ ਉਹ ਹਿਸਾਬ ਤੋਂ ਹੁੰਦਾ ਜੇ ਵਿਆਹ ਆਉਂਦਾ ਤੁਸੀਂ ਨਾਰਾਜ਼ ਹੋ ਜਾਂਦੇ ਆਪਾਂ ਮਤਲਬ ਜੇ ਸਾਲ ਪੰਜਵਾਂ ਸਾਲ ਠੀਕ ਰਹਿੰਦੇ ਹੈਗੇ ਆ ਜਦੋਂ ਵਿਆਹ ਆਉਂਦਾ ਤੁਸੀਂ ਨਾਰਾਜ਼ ਹੋ ਜਾਂਦੇ ਹੈਗੇ ਸੋ ਵਿਆਹ ਜੇ ਨਾਰਾਜ਼ ਨਹੀਂ ਹੋਣਾ ਹੈਗਾ ਜਿਹੜਾ ਨਾਰਾਜ਼ ਕਹਿੰਦਾ ਨਾ ਹੋ ਜਾਓ ਉਹਨੂੰ ਕਹਿੰਦਾ ਤੂੰ ਬੰਦਾ ਉਹਨੂੰ ਬਾਹਰ ਚੱਲ ਤੂੰ ਅਸੀਂ ਨਾਰਾਜ਼ ਹੋਣਾ ਨਾਰਾਜ਼ ਕਰਨਾ ਅਤੇ ਤੇਰੇ ਤੇਰੀ ਗੱਲ ਸੁਣੀ ਅਸੀਂ ਇਕੱਠੇ ਪੰਜ ਸਾਲ ਚੱਲਣ ਰਹੇ ਹਾਂ ਉਹ ਤੁਸੀਂ ਨਾਰਾਜ਼ ਕਿਉਂ ਹੋ ਜਾਈਏ ਇਸ ਤਰ੍ਹਾਂ ਹੁਣ ਜਿਹੜਾ ਨਾਰਾਜ਼ ਕਰਨਗੇ ਕਹਾਣੀਆਂ ਪੜ੍ਹਦੇ ਨੇ ਜਾਂ ਕੋਸ਼ਿਸ਼ ਕਰਦੇ ਨੇ ਜਾਂ ਮਾਹੌਲ ਬਣਾਉਂਦੇ ਨੇ ਉਹਨਾਂ ਨੂੰ ਆਪਾਂ ਕਿਉਂ ਬਚਣਾ ਉਹ ਅਸੀਂ ਆਪ ਹੀ ਬਚਣੇ ਹੈਗੇ ਠੀਕ ਹੈ ਨਹੀਂ ਲੇਕਿਨ ਤੁਹਾਡਾ ਵੀ ਆਪਣਾ ਯੋਗਦਾਨ ਹੈ ਅਸੀਂ ਤੁਹਾਨੂੰ ਕਿੰਨਾ ਯੋਗਦਾਨ ਪਾਇਆ ਅਤੇ ਅੱਗੂ ਕਿੰਨਾ ਪਾਉਣਾ ਇਹ ਸਾਰਾ ਕੁਝ ਤੁਸੀਂ ਦੱਸਣਾ ਅਤੇ ਇੱਕ ਸਾਰਿਆਂ ਦੀ ਮੀਟਿੰਗ ਜਿਹੜੀ ਹੈ ਨਾ ਤੁਹਾਡੀ ਪੀ ਐੱਮ ਸਾਹਿਬ ਨੇ ਜਦੋਂ ਤੁਹਾਡਾ ਦਿਲ ਕਰੇ ਮਹੀਨੇ ਨੂੰ 15 ਦਿਨਾਂ ਨੂੰ 10 ਦਿਨਾਂ ਨੂੰ ਜਦੋਂ ਵੀ ਤੁਹਾਡਾ ਦਿਲ ਕਰਦਾ ਇੱਕ ਮੀਟਿੰਗ ਕਰਵਾ ਦਿਓ ਜਿਹਦੇ ਨਾਲ ਸਾਰਿਆਂ ਦਾ ਜਿਹੜਾ ਚਾਰਜ ਨਾ ਸੁਧਾਰ ਦੇ ਕਿਉਂਕਿ ਚਲੋ ਸਾਡੀ ਵੀ ਪੀ ਐੱਮ ਸਾਹਿਬ ਨਾਲ ਮੀਟਿੰਗ ਹੋ ਜਾਵੇ ਅਤੇ ਬਾਕੀ ਤੁਸੀਂ ਆਪ ਜਾਣੀ ਜਾਣੋ ਅਸੀਂ ਅੱਗੇ ਤੁਹਾਡੇ ਨਾਲ ਰਹਿ ਕੇ ਕਹਿੰਦੇ ਨਾ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਫੜਦਾ ਅਤੇ ਅਸੀਂ ਤੁਹਾਡੇ ਨਾਲ ਰਹਿ ਗਏ ਅਤੇ ਤੁਸੀਂ ਸਾਨੂੰ ਕੌਂਸਲਰ ਵੀ ਬਣਾਇਆ ਤੁਹਾਨੂੰ ਤੁਸੀਂ ਡਿਪਟੀ ਮੇਅਰ ਵੀ ਬਣਾਇਆ ਉਹ ਮੇਰਾ ਕੁੜਮ ਭਾਈ ਹੈ ਐਸੀ ਇਹਨਾਂ ਨੂੰ ਵੀ ਕੋਈ ਵਧੀਆ ਯੋਗਦਾ ਜਿਹੜਾ ਸਰਕਾਰੀ ਦਰਬਾਰੇ ਦਿੱਤਾ ਜਾਵੇ ਲੈ ਕੇ ਜਿਹਦੇ ਨਾਲ ਮੇਰਾ ਵੀ ਭਾਅ ਵਧੇ ਮੇਰਾ ਵੀ ਮਨ ਮੇਰਾ ਵੀ ਸਰਕਾਰ ਵਧੇ ਕਿ ਤਾਂ ਮੇਰੇ ਸਮਾਜ ਦਾ ਅਤੇ ਮੈਨੂੰ ਭਵਨ ਮਿਲੇ ਨਾ ਮਿਲੇ ਲੇਕਿਨ ਮੇਰੇ ਕੁੜਮ ਸਾਹਿਬ ਨੂੰ ਜ਼ਰੂਰ ਸਾਰਿਆਂ ਦਾ ਆਇਆਂ ਦਾ ਇੱਥੇ ਜੀਆਂ ਦਾ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਅਤੇ ਸਾਰਿਆਂ ਨੂੰ ਚਾਹ ਪੀ ਕੇ ਜਾਣਾ ਇੱਦਾਂ ਕਿਸੇ ਨੇ ਨਹੀਂ ਜਾਣਾ ਜੇ ਕੋਈ ਇੱਦਾਂ ਜਾਏਗਾ ਮੇਰੀ ਉਹਦੇ ਨਾਲ ਨਾਰਾਜ਼ ਉਹਦੇ ਨਾਲ ਮੇਰੀ